ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨਵੀਰ ਸਿੰਘ ਹੈ ਭਾਈ ਸਰ ਅੱਜ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਸਾਰਾ ਮਾਮਲਾ ਹੈ ਭਾਈ ਇਹ ਮਾਮਲਾ ਸੁਖਪਾਲ ਸਿੰਘ ਇੱਕ ਗੋਸਲਾ ਤੋਂ ਸੀਗਾ ਸਾਡੇ ਕੋਲ ਆਲੂ ਖਰੀਦ ਕੇ ਲਿਆ 650 ਪੈਕਟ ਆਲੂ ਖਰੀਦਿਆ ਉਹਨੇ ਜਿਹਦਾ ਐਗਰੀਮੈਂਟ ਉਹ ਕਰਕੇ ਗਿਆ ਸਾਡੇ ਨਾਲ ਜਿਸ ਦੀ ਕਾਪੀ ਆ ਤੁਹਾਡੇ ਸਾਹਮਣੇ ਹੈ ਭਾਈ ਇਸ ਦੇ ਰਿਗਾਰਡਿੰਗ ਉਸ ਬੰਦੇ ਨੇ ਇੱਕ ਚੈੱਕ ਦਿੱਤਾ ਸਾਨੂੰ 13,07,150 ਦਾ ਜਿਹਦੀ ਡੇਟ ਪਾ ਦਿੱਤੀ 9 ਮਹੀਨੇ ਦੀ ਵੀ 9 ਮਹੀਨੇ ਬਾਅਦ ਮੈਂ ਅਗਲੇ ਆਲੂ ਚੱਕਣ ਤੋਂ ਪਹਿਲਾਂ ਬੀਜ ਖਰੀਦਣ ਤੋਂ ਪਹਿਲਾਂ ਮੈਂ ਤੁਹਾਡੀ ਸਾਰੀ ਪੇਮੈਂਟ ਕਰੂੰਗਾ ਜਦੋਂ ਅਸੀਂ 30 ਤਰੀਕ ਨੂੰ ਭਾਜੀ ਚੈੱਕ ਲਾਇਆ ਤੇ ਚੈੱਕ ਫੇਲ ਹੋ ਗਿਆ ਅਸੀਂ ਇਸ ਬੰਦੇ ਨੂੰ ਕਿਹਾ ਵੀ ਤੇਰਾ ਚੈੱਕ ਫੇਲ ਹੋ ਗਿਆ ਤੂੰ ਆ ਕੇ ਆਪਣਾ ਜਦ ਸਾਨੂੰ ਚੈੱਕ ਨਵਾਂ ਦੇ ਜਾਂ ਸਾਡੀ ਪੇਮੈਂਟ ਕਰ ਇਸ ਬੰਦੇ ਨੇ ਕੋਈ ਰਿਪਲਾਈ ਨਹੀਂ ਕੀਤਾ ਕੋਈ ਫੋਨ ਨਹੀਂ ਆਇਆ ਅਸੀਂ 26 ਤਰੀਕ ਨੂੰ ਇੱਕ ਇਹਨੂੰ ਇਸ ਬੰਦੇ ਨੂੰ ਲੀਗਲ ਨੋਟਿਸ ਭੇਜਿਆ ਭਾਜੀ ਜੋ ਕਿ ਇਹਨਾਂ ਨੇ ਬਾਈ ਪੋਸਟ ਰਿਸੀਵ ਕੀਤਾ ਸਾਡੇ ਕੋਲ ਉਸਦੀ ਕਾਪੀ ਹੈ ਆ ਭਾਜੀ ਲੀਗਲ ਨੋਟਿਸ ਹੈ ਇਹਨਾਂ ਦਾ 26/10 ਤੇ 27/10 ਦੋ ਨੋਟਿਸ ਗਏ ਆ 26/10 ਤੋਂ ਬਾਅਦ ਵਿੱਚ ਸਾਡਾ ਇਸ ਬੰਦੇ ਨਾਲ ਸਿੱਧਾ ਕੋਈ ਲੈਣ ਦੇਣ ਨਹੀਂ ਕੋਈ ਅਸੀਂ ਇਹਦਾ ਕਾਲ ਨਹੀਂ ਕੀਤੀ ਕੋਈ ਇਸਦੇ ਪਿੰਡ ਨਹੀਂ ਗਏ ਜਾਂ ਇਸਦੇ ਮਾਪੇ ਨੂੰ ਜਾਂ ਕਿਸੇ ਰਾਹੀਂ ਇਸ ਨੂੰ ਸੁਨੇਹਾ ਨਹੀਂ ਭੇਜਿਆ ਕਿ ਸਾਡੇ ਪੈਸਿਆਂ ਦਾ ਕੋਈ ਲੈਣ ਦੇਣਾ ਅਸੀਂ ਮਾਨਯੋਗ ਕੋਰਟ ਵਿੱਚ ਜੋ ਕੇਸ ਦਾਇਰ ਕੀਤਾ 18-11 ਤਰੀਕ ਨੂੰ ਪਹਿਲੀ ਉਹਦੀ ਹੀਅਰਿੰਗ ਸੀਗੀ नोटिस तो लैके अज की डेट तक साडी कोई फोन कॉल जां साडा कोई बंदे कोई इन्हां दे पिंड बंदा गया होवे साडे विचों इन्हां नूं कहण जां कोई सुनेहा गया होवे ਅਸੀਂ ਉਹਦੀ ਜ਼ਿੰਮੇਵਾਰ ਆ ਭਾਜੀ ਤੁਸੀਂ ਪ੍ਰੂਵ ਕਰੋ ਅਸੀਂ ਪੁਲਿਸ ਦਾ ਕੋਆਪਰੇਟ ਕਰ ਰਹੇ ਹਾਂ ਮੈਂ ਸਾਰੀਆਂ ਨੋਟਿਸ ਸੁਖਵਾਸੇ ਉਹਨੇ ਮੰਨਤ ਵੱਲੋਂ ਵੀਡੀਓ ਚ ਤੁਹਾਡੇ ਫਾਦਰ ਕੋਈ ਤੁਹਾਡੇ ਚਾਚਾ ਦਾ ਨਾਮ ਦਿੱਤਾ ਤੇ ਜਿਹਦੇ ਨਾਲ ਆਪ ਤੋਂ 306 ਦਾ ਪੱਕਾ ਦਿੱਤਾ ਹੁਣ ਦੋ ਤਰੀਕੇ ਆ ਭਾਜੀ ਇੱਕ ਤਾਂ ਬੰਦੇ ਦੀ ਉਸ ਵੇਲੇ ਦਵਾਈ ਪੀਤੀ ਉਹ ਟੋਲੀ ਅਨਫਿਟ ਆ ਬਿਆਨ ਦੇਣ ਲਈ ਬਾਈ ਲਾਅ ਉਹ ਬਿਆਨ ਨਹੀਂ ਦੇ ਸਕਦਾ ਚਲੋ ਇੱਕ ਮੰਨ ਵੀ ਲੈਨੇ ਆ ਜਿਸ ਬੰਦੇ ਨੂੰ ਉਹ ਬੋਲ ਰਿਹਾ ਕਿ ਮੈਨੂੰ 5 ਲੱਖ ਦਾ ਮੇਰੇ ਤੇ ਚੈੱਕ ਕੀਤਾ ਫਿਰ ਉਹ ਬੋਲਿਆ 8 ਲੱਖ ਦਾ ਕੀਤਾ ਫਿਰ ਪਿੱਛੋਂ ਕੋਈ ਬੰਦਾ ਬੋਲ ਰਿਹਾ ਜਿਹੜਾ ਜਿਹਨੇ ਸਾਜ਼ਿਸ਼ ਤਹਿਤ ਵੀਡੀਓ ਬਣਾਈ ਆ ਉਹਦੇ ਵਿੱਚ ਬੋਲ ਰਿਹਾ ਕਿ 12 ਲੱਖ ਦਾ ਚੈੱਕ ਤੇਰੇ ਤੇ ਕੀਤਾ ਉਹ ਬੋਲ ਬੋਲ ਕੇ ਸਾਰੀ ਉਹ ਬਣਾਈ ਹੋਈ ਵੀਡੀਓ ਪਹਿਲਾਂ ਹੀ ਪਲਾਨ ਕੀਤੀ ਹੋਈ ਵੀਡੀਓ ਬਣੀ ਆ ਹੁਣ ਤੁਹਾਨੂੰ ਲੱਗਦਾ ਕਿ ਸਾਰਾ ਇਸ ਮਾਮਲੇ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਭਾਈ ਸਾਡੇ ਨਾਲ ਬਿਲਕੁਲ ਸ਼ਰਿਆਮ ਧੱਕਾ ਹੋ ਰਿਹਾ ਸਾਰਾ ਏਰੀਆ ਨੂੰ ਪਤਾ ਆ ਸਾਰਾ ਕਪੂਰਥਲਾ ਜ਼ਿਲ੍ਹਾ ਇਸ ਗੱਲ ਦਾ ਪਤਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਆ ਤੇ ਅਸੀਂ ਉਹਨਾਂ ਜੋ ਵੀ ਕਰ ਰਿਹਾ ਤਫਤੀਸ਼ ਅਸੀਂ ਉਸ ਵਿੱਚ ਪੂਰਾ ਕੋਆਪਰੇਟ ਕਰਾਂਗੇ ਬਿਲਕੁਲ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੇ ਫਾਦਰ ਸਾਹਿਬ ਆਪ ਕੈਂਸਰ ਦੇ ਮਰੀਜ਼ ਆ ਮੇਰੇ ਤਾਇਆ ਜੀ ਉਹਨਾਂ ਦੀ ਹਾਰਟ ਦੀ ਪ੍ਰੋਬਲਮ ਆ ਦੋਨੇ ਇਸ ਵੇਲੇ ਮੈਂਟਲੀ ਬਹੁਤ ਹਰਾਸ ਕੀਤੇ ਜਾ ਰਹੇ ਆ ਲੋਕਾਂ ਦੁਆਰਾ ਤੇ ਪਣ ਦੀ ਕਾਰਵਾਈ ਤੁਸੀਂ ਕਰੋ ਆਪਣੀ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਤੁਹਾਡੇ ਜੀ ਤਾਇਆ ਜੀ ਜੋ ਬੀਤੇ ਦਿਨ ਗੱਲਬਾਤ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਵਿਆਹ ਕਰ ਦਿੱਤਾ ਗਿਆ रेगुलर चेकअप चल रहा पूरी रिपोर्ट नाल लगी हुई है कोई कुछ बोली जाए तुहाडे सामने प्रूफ है डॉक्यूमेंट है कोई एडे हॉस्पिटल है कोई गलत चीज देख के नहीं देंगे इस वे देखो बिल्कुल शौक पिया इदा का काम कभी होया नहीं साढ़े नाल भी एक किसान असं ये भी पुलिस में भी थोड़ा चाहते हैं भी तुम भी ज देखना ही साडा पक्ष जाने हों पेल सीधा परचा करके साडे बंदे नूं इन्ना हरास ना किया जाए देखो जी असं मैं 29 तरीक न एस एस पी साहब एक दरखास्त दी सी जिस विच उन्होंने कहा गया सीगा भी जो पूरा मुद्दा वह समझा के एस एस पी साहब ने वो एक दरखास्त मार की एस एच ओ साहब कपूरथला इनक्वायरी चल रही साड़ी यही मंग है जी पूरी तफतीश करके सानू इंसाफ दवाया जाए साढ़े बंदे बेगना आ बिल्कुल दोनों जाने कभी देखो जी एक तरीका होना चाहिए को फोन के डिटेल सारे सबमिट किए तुम भी कढ़ाओ ज कोई बंद गवाह लेके आओ जो बंद मूँह से कहे आके भी हाँ भी इस बंद ने ए राही सुनेहा भेजा जो बंद मूहरे लग रहे हैं वो सारे साजिश है भाजी उन्होंने सारे ने पैसा देने वाला आ असं हर बंद लागे छागे पिंडा तो पता कर सकते हैं अपने घर से भी कि किदा के बंदे कदों का यह चल रहा इन्हों का लैन देन है जी अब बूटा सिंह सबका सरपंच जेडे इन्होंने ही पैसे लेने आप दे सिर्फ अपने पैसे बचाने लिए 13-14 लाख रुपया इस तो बंदे तो लेना है जे बचाने लिए भजा फिर कि मेरे पैसे किस तरह छुट जाए
चक्कर आ एक दो तीन बंदे हो रहे ने नाल नाले बिलकुल जी बिलकुल सारा कुछ कोई एक इन्हां दी लिमिट भी एक चल रही है कैपिटल बैंक दे विच सुखपाल सिंह ओदी माता गुरविंदर कौर दी उसनू भी मदार रखा जा सकता बैंक दे भी हो सकता की पता उन्हें बैंक का करके किया हो तुसीं बैंक नूं मूहरे लैके आओ हाँ जी बस यही चाहते हैं भी साडा पक्ष जानने नूं कोई जथेबंदी उत्थे नहीं पहुंची उन्होंने जथेबंदियां उत्थे जाके बह के धरने लाने लई बैठियां आ तुसीं इत्थे आउंदे साडे कोल साडा पक्ष जानदे उन्हां दा पक्ष जानदे फिर बैठ के गल कराउंदे भी आह गल विचों जो मुद्दा आ उह क्लीयरली मूहरे आउंदा एक पक्ष सुण के तुसीं कह रहे हो कि बच्चे ने धक्का होया सानूं बहुत दुख आ उसकी मौत का एक 25 साल का नौजवान चले जाना बड़ी माड़ी गल आ बड़ी दुखदाई गल आ साडा उन्हां दी फैमिली नाल बहुत ज्यादा कंडोलेंस है इस चीज़ के।